चल लाडू, बहुत हो गया तैयार त्योर, चल छेकी चलिए, बस भी लेट हो चुकी, बस तैयार है। बापूजी मैं चल रही हूं कॉलेज। अच्छा वो तो ध्यान ना जाया कर। बापूजी मैं थोड़े पैसे दी लोड सी, किराए वास्ते चाहिए थे मेनू। पैसे दा तो कहे 500 रुपया ले जा। हां जी मैं ध्यान ना पढ़या कर, वधिया पढ़ लिख के बड़ा अफसर बणी कोई। ना बापू इतने पैसे दी लोड नहीं हैगी, मैनू 100 रुपए दी लोड है। ते तुसी टेंशन ना लिया कर, मेरे वल्लों तुहानू कोई लंबा नहीं आउंदा हैगा। आही हुई तो दित्तो। हां जी हां वधिया पढ़ लिख लेगा। बाकी मैं रोटी बना के रख देसी, तुसी टाइम नाल खा लो। कोई ना पुत्तो कोई ना। ठीक है जी मैं चलनी है, मेरे बस लेट हो रही है। ठीक है ठीक है। ਕਿਉਂ ਜਸ਼ਨ ਕੀ ਹਾਲ ਆ? ਕੀ ਹਾਲ ਆ ਸੁਖੀ? ਤੂੰ ਵੀ ਨਹੀਂ ਗਿਆ ਓਏ ਕਾਲਜ ਅੱਜ? ਓਏ ਹੋਰ ਯਾਰ ਕੀ ਆ, ਉੱਥੇ ਮੈਂ ਤਾਂ ਆਪ ਤੇਰੇ ਕਰਕੇ ਨਹੀਂ ਗਿਆ ਹੈਗਾ, ਤੂੰ ਨਾ ਮੈਂ ਜਾਂਦਾ ਨਹੀਂ ਗਿਆ। ਮੈਂ ਵੀ ਯਾਰ ਜਾ ਕੇ ਕੀ ਕਰਦਾ, ਉੱਥੇ ਪੜ੍ਹਾਈ ਪੜ੍ਹੀ ਤਾਂ ਕਰਾਉਂਦੇ, ਹੁਣ ਤਾਂ ਉਹ ਯੂਥ ਫੈਸਟੀਵਲ ਜੀ ਦੀਆਂ ਤਿਆਰੀਆਂ ਚੱਲੀ ਜਾਂਦੀਆਂ, ਮੈਂ ਕੋਈ ਲੈਕਚਰ ਤਾਂ ਲੱਗਦਾ ਨਹੀਂ। ਹਾਂ ਇਹ ਤਾਂ ਹੈ, ਹਫ਼ਤੇ 'ਚ ਅੱਧੀ ਵਾਰੀ ਵਗ ਜਾ ਕਰਾਂਗੇ, ਹੁਣ ਤਾਂ ਐਂ ਹਾਇਰੀ ਲੱਗਦੀ ਰਹਿੰਦੀ ਇੰਨੇ ਨਾ। ਹਾਂ ਕਿਵੇਂ ਯੂਥ ਫੈਸਟੀਵਲ ਚੱਲ ਰਿਹਾ? ਉਹਦੀਆਂ ਤਿਆਰੀਆਂ ਜਿਹੀਆਂ ਕਰਾਈ ਜਾਂਦੇ ਨੇ, ਯੂਥ ਫੈਸਟੀਵਲ ਤਾਂ ਹਜੇ ਅੱਗੇ ਹੈਗਾ, ਆਪਣੇ ਕਾਲਜ 'ਚ ਹੋਣਾ ਹੈ ਯੂਥ ਫੈਸਟੀਵਲ। ਅੱਛਾ ਤੈਨੂੰ ਨਹੀਂ ਲੈਗਾ ਸੀ ਜੀ ਸਾ? ਉਹ ਆਪਾਂ ਤਾਂ ਲੈ ਨਹੀਂ ਯਾਰ, ਇੰਨਾ ਕਿੱਥੇ ਟਾਈਮ ਲੱਗਦਾ ਖੇਤੀ ਖੁੱਤੀ ਦੇ ਧੰਦੇ 'ਚ, ਬਾਕੀ ਤੂੰ ਕਰ ਆਇਆ ਸੀ ਪਿੰਡ 'ਚ, ਉੱਥੇ ਕੀ ਮੰਗਦਾ? ਹਾਂ ਇਹ ਵੀ ਹੈ, ਉੱਥੇ ਕੁਛ ਹੈ ਤਾਂ ਨਹੀਂ। ਹੋਰ ਪੜ੍ਹਾਈ ਵਧੀਆ ਚੱਲਦੀ ਆ? ਬਸ ਠੀਕ ਚੱਲੀ ਜਾਂਦੀ ਹੈ, ਤੈਨੂੰ ਪੜ੍ਹ ਪੜ੍ਹ ਲੈਣਾ ਮਾੜਾ ਮੋਟਾ, ਬਸ ਟਾਈਮ ਪਾਸ ਜੀ ਹੈ ਤੈਨੂੰ ਪਤਾ ਹੀ ਹੈ। ਆਉਂ ਇਹ ਜਸ਼ਨ ਕਿਹਦੀ ਕੁੜੀ ਆਉਂ? ਇਹ ਆਪਣੇ ਪਿੰਡੋਂ ਹੀ ਆ। ਪਹਿਲਾਂ ਤਾਂ ਕਦੇ ਦੇਖੀ ਨਹੀਂ ਓਏ। ਇਹ ਆਪਣੇ ਪਿੰਡੋਂ ਹੀ ਆ, ਉਧਰ ਪਰਲੇ ਵੀੜਿਓ। ਅੱਛਾ ਅੱਛਾ। ਹਾਂ ਲਹਿਰੀ ਪੜਦੀ ਆ ਵੀ? ਆਪਣੇ ਕਾਲਜ 'ਚ ਤਾਂ ਹੈਗੀ ਆ ਇਹ। ਅੱਛਾ ਮੈਂ ਤਾਂ ਕਦੇ ਦੇਖੀ ਨਹੀਂ ਓਏ। ਆਪਣੇ ਕਾਲਜ 'ਚ ਹੈ ਤਾਂ ਦੇਖੀ ਨਹੀਂ ਹੈਗੀ। ਉਹ ਮੈਂ ਉਹੀ ਨਹੀਂ ਕਦੇ ਧਿਆਨ ਕੀਤਾ ਫਿਰ। ਤੈਂ ਉਹੀ ਨਹੀਂ ਕਦੇ ਨਿਗਾ ਮਾਰੀ ਹੈਗੀ। ਉਹ ਸੋਹਣੀ ਤਾਂ ਬਹੁਤ ਆ ਓਏ, ਹੈਨਾ? ਸੋਹਣੀ ਤਾਂ ਬਥੇਰੀ ਆ। ਦੇਖ ਲੈ ਪੁੱਛ ਲੈਂਦੇ ਹਾਂ। ਅੱਛਾ ਪੁੱਛਾਂ ਫਿਰ? ਦੇਖ ਲੈਂਦੇ ਹਾਂ, ਪੁੱਛ ਲੈਂਦੇ, ਦੇਖ ਲੈਂਦੇ ਝੱਟ। ਜੇ ਹਾਂ ਕਰ ਗਈ ਤਾਂ ਵੀ ਠੀਕ ਹੈ, ਜੇ ਨਾ ਕਰ ਗਈ ਆਪਣਾ ਕੀ ਜਾਊਗਾ। ਚਲ ਮੈਂ ਪੁੱਛਦਾ ਫਿਰ। ਜੇ ਹਾਂ ਕਰ ਗਈ ਮੇਰੇ ਸਿਆਣੇ ਤੇ ਸੁਭਾਗਾ ਤਾਂ ਹੋਈ ਪਿਆ। ਚਲ ਜੇ ਨਾ ਕਰ ਗਈ ਤਾਂ ਵੀ ਤਜਰਬਾ ਤਾਂ ਵਧੂਗਾ ਹੀ ਆਪਣਾ, ਰਿਕਾਰਡ 'ਚ ਤਾਂ ਦਰਜ ਹੋਊਗਾ ਨਾ। ਚਲ ਦੇਖ ਬਈ ਭਾਈ, ਇਹਨੂੰ ਵੀ ਪੁੱਛਿਆ ਸੀ ਹਨਾ। ਹਾਂ ਚਲੇ ਕਰ, ਤੂੰ ਬੈਠ ਇੱਥੇ, ਬਹਿ ਕੇ ਸਾਰੀ ਫਿਲਮ ਦੇਖ, ਮੈਂ ਦੇਖਦਾ ਉਹਨਾਂ ਨਾਲ ਝੱਟ। ਚੰਗਾ ਕੋਈ ਨਾ ਕੋਈ ਨਾ, ਛੇਤਰ ਨਾ ਖਾਏ ਹੀ ਤੂੰ। ਮੈਂ ਤੂੰ ਕੋਈ ਨਾ ਇੱਥੇ ਬੈਠ, ਕੋਈ ਨਾ ਕੋਈ ਛੇਤਰ ਕਦੇ ਹਜੇ ਤੱਕ ਤਾਂ ਖਾਦੇ ਨਹੀਂ, ਹੁਣ ਖਾਵਾਂਗੇ ਹੈ। ਕੋਈ ਨਾ ਕੋਈ ਨਾ, ਹੁਣ ਤਾਂ ਤਜਰਬਾ ਹੀ ਬਹੁਤ ਹੋ ਗਿਆ। ਚਲ ਮੈਂ ਜਾਣਾ। ਚੰਗਾ ਬੈਠ। ਹਾਂ ਹਾਂ ਕੋਈ ਨਾ ਪੁੱਛ ਕੋਈ ਤਾਂ। ਕੋਈ ਨਾ ਪਤੰਦਰ ਕਿਤੇ ਮੋਰ ਘਟਾਇਆ ਵੇ ਉਹ ਤੋਂ। ਚਲ ਉਹ ਕੀ ਹਾਲ ਆ ਮੱਖਿਆ ਸੋਡਾ? ਆ ਕੀ ਬਦਤਮੀਜ਼ੀ ਹੈ, ਨਾਲੇ ਤੁਸੀਂ ਕੌਣ? ਉਹ ਬਦਤਮੀਜ਼ੀ ਕਾਦੀ, ਛੋਟੇ ਪਿੰਡ ਦੀਆਂ ਅਸੀਂ ਕਿਹੜਾ ਕੋਈ ਬਗਾਨੇ ਆ। ਮੇਰੇ ਰਾਹ ਕਾ ਤੂੰ ਰੋਕਿਆ? ਉਹ ਰਾਹ ਤਾਂ ਰੁਕਿਆ ਹੀ, ਮਖੇ ਇੰਨੀ ਕਾਲੀ ਤੁਰੇ ਜਾਂਦੇ ਹੋ, ਅੱਗ ਉੱਗ ਤਾਂ ਨਹੀਂ ਬੁਝਾਉਣੀ ਕੋਈ, ਮਖਾ ਕੋਈ ਮਦਦ ਹੀ ਕਰਦੀ ਹੈ ਕੁੜੀ ਨੂੰ, ਮਖਾ ਕੋਈ ਲੋੜ ਹੋ ਗਈ, ਇੰਨੀ ਕਾਲੀ ਤੁਰੀ ਜਾਂਦੀ ਹੈ। ਤੁਸੀਂ ਕੀ ਲੈਣਾ, ਮੈਂ ਜਿੱਥੇ ਮਰਜ਼ੀ ਜਾਵਾਂ, ਨਾਲੇ ਮੇਰੇ ਰਾਹ ਛੱਡੋ। ਉਹ ਕੋਈ ਨਾ ਛੱਡ ਦਿੰਦੇ ਆ ਰਾਹ, ਅਸੀਂ ਤਾਂ ਵੈਸੇ ਹਾਲ ਚਾਲ ਪੁੱਛਦੇ ਸੀ। ਕਿੱਥੇ ਜਾ ਰਹੇ ਹੋ ਵੈਸੇ? ਮੈਂ ਜਿੱਥੇ ਮਰਜ਼ੀ ਜਾਵਾਂ, ਤੁਹਾਨੂੰ ਇੱਕ ਵਾਰੀ ਕਹਿਤਾ ਨਾ, ਜਦ ਮੇਰਾ ਰਾਹ ਰੋਕ ਦਿਓ, ਸਮਝ ਨਹੀਂ ਲੱਗਦੀ ਇੱਕ ਵਾਰੀ। ਉਹ ਕੋਈ ਨਾ ਦੱਸਤਾ ਦਿਓ ਕਿਹੜੇ ਕਾਲਜ ਜਾਂਦੇ ਹੋ ਪੜ੍ਹਨ ਫਿਰ? ਲਹਿਰੇ ਚੱਲੀ ਆ। ਅੱਛਾ ਸਾਡੇ ਕਾਲਜ 'ਚ ਪੜ੍ਹਦੇ, ਮੈਂ ਵੀ ਤੁਹਾਡੇ ਵਾਲੇ ਕਾਲਜ 'ਚ ਪੜ੍ਹਦਾ। ਕਿਹੜੀ ਕਲਾਸ 'ਚ ਹੋ ਤੁਸੀਂ? ਪਰ ਮੈਂ ਕਲਾਸ ਵੀ ਦੱਸਾਂ, ਇੰਨਾ ਦੱਸ ਤਾਂ ਬਹੁਤ ਆ, ਲੱਗੀ ਸਮਝ, ਨਾਲੇ ਹੁਣ ਰਾਹ ਛੱਡ ਦਿਓ ਮੇਰਾ। ਉਹ ਛੱਡ ਦਾਂਗੇ ਕੋਈ ਗੱਲ ਨਹੀਂ, ਦੱਸਦੀ ਅਸੀਂ ਵੀ ਤੇਰੇ ਕਾਲਜ 'ਚ ਹਾਂ, ਸਾਰੇ ਪ੍ਰੋਫੈਸਰਾਂ ਨਾਲ ਵਧੀਆ ਬਣਦੀ ਆ, ਜੇ ਕਿਸੇ ਅਸੈਸਮੈਂਟ ਵਗੈਰਾ ਦੀ ਲੋੜ ਪਊਗੀ ਨਾ ਦੱਸ ਦਿਆ ਕਰੀ। ਲੋੜ ਨਹੀਂ, ਨੰਬਰ ਨੰਬਰ ਵੱਧ ਲਵਾ ਦਾਂਗੇ ਮਖਿਆ। ਲਾ ਹੀ ਦਿੰਦੇ ਨੇ, ਇੰਨੀ ਲੋੜ ਨਹੀਂ ਹੈਗੀ ਹੈਲਪ ਦੀ ਤੁਹਾਡੀ, ਲੱਗੀ ਸਮਝ। ਚੱਲ ਕੋਈ ਨਾ, ਫਿਰ ਵੀ ਐਂ ਕਰ, ਆਹ ਨੰਬਰ ਰੱਖ ਲਾ ਮੇਰਾ, ਜੇ ਲੋੜ ਪਈ ਤਾਂ ਦੱਸ ਦੀ। ਤੂੰ ਪਾਗਲ ਹੈ, ਨੰਬਰ ਕਾਹਤੋਂ ਦੇਈ ਜਾਂਦਾ ਮੈਨੂੰ? ਉਹ ਜੇ ਪਾਗਲ ਹੋਵੇ ਫਿਰ ਨੰਬਰ ਥੋੜ੍ਹਾ ਦਿੰਦੇ ਸੀ। ਮੈਨੂੰ ਨਹੀਂ ਲੋੜ ਤੁਹਾਡੇ ਨੰਬਰ ਦੀ, ਲੱਗੀ ਸਮਝ। ਐ ਨਹੀਂ ਫਿਰ ਰਾਹ ਛੱਡ ਦੇ, ਨੰਬਰ ਫੜੇ ਬਿਨਾ, ਆਹ ਫੜ ਲੈ, ਆਹ ਤੇਰੀ ਬੁੱਕ 'ਚ ਪਾਤਾ, ਕਾਲ ਕਰ ਲਈ। ਚੰਗਾ ਕਿੱਥੇ ਪਾਗਲ ਜਿਹਾ ਮਗਰ ਲੱਗ ਗਿਆ। ਚਲ ਮੇਰਾ ਰਾਹ ਛੱਡ ਦੇ, ਮੇਰੇ ਬੱਸ ਆਉਣ ਵਾਲੀ ਹੈ। ਉਹ ਚੱਲ ਕੋਈ ਨਾ, ਦੇਖ ਨਾ ਲਵੇ, ਕਾਲ ਕਰ ਲਈ। ਚੰਗਾ ਦੇਖੂੰਗੀ। ਕੀ ਹਾਲ ਆ ਬਾਈ ਜਸ਼ਨਾ? ਕਿਉਂ ਕੀ ਹਾਲ ਹੈ ਜੱਸੀ? ਠੀਕ ਠੀਕ ਆ ਬਾਈ, ਹੋਰ ਤਾਂ ਯਾਰ ਕਾਲਜ ਨਹੀਂ ਆਉਂਦਾ ਹੈਗਾ ਉਹ। ਬਸ ਬਾਈ ਘਰ ਦੇ ਕੰਮ ਇਹਨੇ ਮੁੱਕਦੇ ਯਾਰ। ਅੱਛਾ ਕਿਉਂ ਕੀ ਗੱਲ ਹੋ ਗਈ? ਬਸ ਤੁਹਾਨੂੰ ਪਤੀ ਅੱਜ ਕੱਲ ਕਣਕਾਂ ਨੂੰ ਪਾਣੀ ਲੱਗਦਾ। ਹੋਰ ਬਾਈ ਜੱਸੀ ਕੀ ਹਾਲ ਚਾਲ? ਵਧੀਆ ਬਾਈ ਵਧੀਆ। ਕਿਉਂ ਆ ਗਿਆ? ਹਾਂ ਕੀ ਬਣਿਆ, ਕੀ ਕਹਿੰਦੀ? ਉਹ ਬਣਨਾ ਤਾਂ ਕੀ, ਗਿੱਦੜ ਚਿੱਠੀ ਸਿੱਟਤੀ, ਕੰਮ ਬਣਨਾ ਉਹ ਬਣ ਜੂ।
ਨਹੀਂ ਤਾਂ ਵੀ ਕੋਈ ਗੱਲ ਨਹੀਂ ਨਾ ਮਣਿਆ ਨੰਬਰ ਨੰਬਰ ਤੇ ਆਇਆ ਹਾਂ ਅੱਛਾ ਹੋਰ ਆਪਾਂ ਛੱਡ ਦੇ ਕਿਤੇ ਤੈਨੂੰ ਕਿਹਾ ਤੈਗਾ ਸੀ ਇੱਕ ਵਾਰੀ ਦੇਤਾ ਫੋਨ ਫੋਨ ਲਾ ਕੇ ਦੇਖ ਲਾ ਕੋਈ ਨੰਬਰ ਮੈਂ ਦੇ ਕੇ ਆ ਜੇ ਉਹਦੀ ਇੱਛਾ ਉਹ ਕਾਲ ਕਰ ਲੂ ਨਹੀਂ ਫੋਨ ਜੇ ਆਇਆ ਨਹੀਂ ਤੈਨੂੰ ਹਜੇ ਤਾਂ ਉਹ ਤਾਂ ਗਈ ਆ ਅੱਛਾ ਮੈਂ ਤਾਂ ਘਰੇ ਘਰੇ ਜਾ ਕੇ ਕਰੂਗੀ ਹਜੇ ਤਾਂ ਕਾਲਜ ਜਾਊਗੀ ਆਕੜ ਦੀ ਵਾਲੀ ਸੀ ਕਦੇ ਉਹ ਹੀ ਨਾ ਪਤਿੰਦਰ ਘਰੇ ਜਾ ਕੇ ਦੱਸ ਦੇ ਕਿਤੇ ਨਹੀਂ ਦੱਸਦੀ ਲੱਗਦੀ ਤਾਂ ਹੈਗੀ ਸੀ ਮੈਨੂੰ ਉੱਤੋਂ ਉੱਤੋਂ ਜੋ ਕਰਦੀ ਸੀ ਕਿਤੇ ਕਿੱਧਰ ਜੱਠੀ ਤੇਰੇ ਤੇ ਪੁੱਠੀ ਪੈ ਜੀ ਕਾਣੂ ਪੈਂਦੀ ਆ ਤੇਰੇ ਯਾਰ ਦਾ ਜਾਲ ਸੁੱਟਿਆ ਹੋਵੇ ਤੇ ਕਬੂਤਰੀ ਨਾ ਫਸੇ ਕਿਵੇਂ ਹੋ ਸਕਦਾ ਚੱਲ ਜੇ ਤੇਰਾ ਕੰਮ ਬਣੂਗਾ ਫੇਰ ਭੋਰਾ ਬੁਰਕੀ ਮਿਲੂ ਸਾਡੇ ਵਰਗੇ ਨੂੰ ਖਾਣ ਨੂੰ ਕੋਈ ਨਾ ਬੁਰਕੀ ਨੂੰ ਤੂੰ ਕੁੱਤਾ ਮੋਏ ਕੋਈ ਗੱਲ ਨਹੀਂ ਚੱਲ ਆਪਾਂ ਚੱਲਦੇ ਹਾਂ ਹੁਣ ਚੱਲ ਕੱਲ ਨੂੰ ਦੇਖਦੇ ਆ ਕਾਲਜ ਦੇ ਉਹਨੂੰ ਉਧਰ ਕਾਲੇ ਕੋਲ ਕੋਈ ਕੰਮ ਆ ਉਧਰ ਚੱਲ ਕੇ ਆਉਣਾ ਚੰਗਾ ਹਾਂ ਚੱਲ ਠੀਕ ਆ ਬਾਈ ਜੱਸੀ ਚੰਗਾ ਬਾਈ ਓਕੇ ਚੱਲ ਆ ਯਾਰ ਠੀਕ ਆ ਬਾਈ ਸੁਖੀ ਠੀਕ ਆ ਬਾਪੂ ਜੀ ਮੈਂ ਆ ਗਈ ਕਾਲਜ ਤੋਂ ਆ ਗਏ ਉੱਤਾ ਹਾਂ ਜੀ ਕੁੱਪੜੇ ਕੁੱਪੜੇ ਆ ਗਏ ਨੇ ਉੱਤਾ ਹਾਂ ਜੀ ਨਾਲ ਤਾਂ ਰੋਟੀ ਬਣਾ ਲੈ ਠੀਕ ਹੈ ਜੀ ਨਾਲ ਚਾਹ ਬਣਾ ਲੈ ਭੁੱਖ ਲੱਗੀ ਹੋਈ ਹੈ ਚਲੋ ਕੋਈ ਨਾ ਮੈਂ ਬਣਾ ਦੇਣੀ ਹਾਂ ਹਾਂ ਚਾਹ ਬਣਾ ਲੈ ਭੁੱਖ ਲੱਗ ਰਹੀ ਹੈ ਠੀਕ ਹੈ ਜੀ ਕੋਈ ਨਹੀਂ ਦੇਖਦਾ ਤੂੰ ਇੰਨਾ ਫਿਕਰ ਨਾ ਕਰ ਕਰ ਦੇਖ ਲੂ ਤਾਂ ਕੀ ਆ ਫਿਰ ਆਪਾਂ ਨੂੰ ਕਿਹੜਾ ਟੈਨਸ਼ਨ ਆ ਕੋਈ ਆਈ ਨੰਬਰ ਫੜਾਈਦੇ ਹੁੰਦੇ ਹੈਗੇ ਆਈ ਫੜਾਉਣਾ ਬਾਈ ਸਾਡਾ ਤਾਂ ਇਹੀ ਤਰੀਕਾ ਹੈ ਫਿਰ ਨੰਬਰ ਫੜਾਉਣ ਦਾ ਹੋਰ ਦੱਸੋ ਫਿਰ ਕੀ ਹਾਲ ਚਾਲ ਆ ਤੁਹਾਡਾ ਮੈਂ ਤਾਂ ਠੀਕ ਆ ਤੁਸੀਂ ਦੱਸੋ ਹਾਂ ਵਧੀਆ ਹੋਰ ਕੀ ਬੰਦੇ ਮੈਂ ਬੈਲੀ ਆ ਪਤਾ ਅੱਜ ਕਾਲਜ ਗਏ ਨੇ ਕਿਹੜੇ ਕਿਹੜੇ ਲੈਕਚਰ ਲੱਗੇ ਜਿਸ ਤੱਕ ਗਏ ਹੋ ਮੈਂ ਤਾਂ ਸਾਰੇ ਲਾ ਕੇ ਆਈ ਆ ਆਈ ਨਾ ਟਾਈਮ ਪਾਸ ਕਰਕੇ ਆ ਗਈ ਅੱਛਾ ਅੱਛਾ ਹੁਣ ਤਾਂ ਬੜਾ ਮਿੱਠਾ ਮਿੱਠਾ ਬੋਲਦੀ ਆ ਉਹ ਬੜਾ ਕੌੜ ਕੌੜ ਉਹਦੇ ਮੂੰਹ ਪੈਂਦੀ ਸੀ ਹਨਾ ਲੈ ਇਹਨਾਂ ਕੁੱਤਾ ਕਰਨੇ ਹੀ ਪੈਂਦਾ ਆ ਵੀ ਆ ਕੀ ਤਰੀਕਾ ਆ ਉਹ ਤਾਂ ਸੂਈ ਹੋਈ ਕੁੱਤੀਆਂ ਨੂੰ ਪੈਂਦੀ ਸੀ ਹੋਰ ਕੁਛ ਹੋਰ ਤਾਂ ਬਸ ਕੁਛ ਨਹੀਂ ਹੋਰ ਫਿਰ ਅਸੀਂ ਹਾਂ ਸਮਝੀਏ ਕਾਹਦੀ ਗੱਲ ਫਰੈਂਡਸ਼ਿਪ ਦੀ ਨਾ ਨਾ ਇਹ ਥੋੜਾ ਫਰੈਂਡਸ਼ਿਪ ਹੋ ਜਾਂਦੀ ਹੈ ਮੇਰਾ ਦੱਸ ਹੋਰ ਕਿਵੇਂ ਹੋ ਜਾਂਦੀ ਆ ਉਹ ਤਰੀਕਾ ਦੱਸ ਦੋ ਫਿਰ ਉਵੇਂ ਕਰ ਲੈਨੇ ਆ अपने ਬਾਕੀ ਰਾਤ ਨੂੰ ਕਰਾਂਗੇ ਗੱਲ ਚੰਗਾ ਠੀਕ ਹੈ ਬਿਲਕੁਲ ਲਾ ਲਾ ਕਰ ਇੱਕ ਵਾਰੀ ਮਿਸ ਕਾਲ ਮਾਰਦਾ ਕਰ ਕਈ ਵਾਰੀ ਤੂੰ ਕੋਲੇ ਖੜਾ ਹੁੰਦਾ ਚੰਗਾ ਘਰੇ ਘਰੇ ਹੁੰਨਾ ਚਲ ਠੀਕ ਹੈ ਹਾਂ ਕਾਲ ਮੈਂ ਆਪੀ ਕਰਦਾ ਕਰੂੰਗਾ ਚੰਗਾ ਚੰਗਾ ਬਾਏ ਹੋਰ ਸੁਣਾ ਫਿਰ ਬਸ ਬਾਏ ਕੱਲ ਮਿਲਦੇ ਆਪਾਂ ਚਲ ਕੱਲ ਮੈਂ ਕੀ ਕਰਦਾ ਹੁਣ ਕਾਲੀ ਜਾਂ ਜਾਦੇ ਹਾਂ ਰੋਟੀ ਪਾਣੀ ਖਾਣਾ ਸੀ ਬੈਸੀ ਕਰ ਪਰਿਵਾਰ ਚ ਤਾਂ ਦੱਸ ਦੇ ਤੇਰੇ ਕੌਣ ਕੌਣ ਆ ਬਸ ਕੋਈ ਨਾ ਕੱਲ ਮਿਲ ਕੇ ਦੱਸੂਗੀ ਅੱਛਾ ਇੰਨੀ ਕਾਲੀ ਫੋਨ ਕੱਟਣ ਦੀ ਹੋਰ ਬਾਪੂ ਨੇ ਆ ਜਾਣਾ ਵੀ ਫਿਰ ਤੂੰ ਮੈਨੂੰ ਪਰਵਾਏਗਾ ਅੱਛਾ ਚਲ ਠੀਕ ਆ ਓਕੇ ਬਾਏ ਓਕੇ ਚਲ ਬਾਏ ਚੰਗਾ ਮੈਂ ਰੋਟੀ ਪਾਣੀ ਖਾ ਲੈਂਦੀ ਹਾਂ
चले काम तो घरे जाके करो आया ही नहीं है मैनु कहना सी कॉल जो मिलू चलो फोन करके पूछ ली अग बजाउनी जाके जल्दी आ जाओ मेरे बस भी आने वाली है बस बस आ गए हुणे आ गए होर सुना फिर की हाल चाल है इतनी जल्दी होर तू तो इतनी काली करी जांदी सी मैं अग बजाउनी हुंदी है देख देख डायलॉग देखो इना दे होर किवें हो बहुत बढ़िया तू दस वधिया वधिया की बात है लेक्चर लवा रहे सारे होर ला लेने लेक्चर मैं बस साफ किताब बराबर करना कर ला चल फिर दिमाग तो कम लगे चेंज कर ले जे कोई पुछे कौन कौन है तेरे परिवार से दस दे तू कहने कल दसो मम्मी है प्राए भैन छोटी भाई छोटा का और कोई खतरा तो नहीं है सानू तो खतरा का था महा बड़ा हो गए कई बारी तेरे ने गलबात करनी है फिर है कोई चक्कर नहीं का छोटा ही है तो फिर मैं हां ही समझा हूं तहे कादी हां आप ही तो करी जने कोई कोई चक्कर नहीं कहनी हां ही फिर हां ही समझदा मैं तो ना इतना थोड़ा हां हुंदी है और फिर दस किमें हाँ करेंगी वो तरीका दस दे उमें करा लेने हाँ कोई नहीं टाइम पे आके दस दंगी मैं ऐसा थोड़ा हाँ होंगी है मैं तेन बहुत प्यार कर रहा करी जाओ फिर एक तरफा करी जाओ ऐसा ही है फिर अच्छा है ही नहीं होता हैगा नहीं सच्चो सच दस तेन प्यार कर दिए मैं इस बारे कुछ नहीं कह सकती है कल तो मिली हूँ मैं कल भी नहीं कितने अज मिली हूँ बड़ी बैठी रहनी निकम्मा बंदा मेरे नाल कई दिन टाइम तो रहिंदे कई सालां तो तू ऐ ना कर मैं उहनूं प्यार करदी आं तू ऐ ना बोल तू मेरी गल सुन लै तू तां तू मन्नेगी गुस्सा मेरी गल दा प्यार तां तैनूं मैं भी बथेरा करदा
वे तू ऐ जी गल्ला ना कर ठीक है ना मैं तेनू वीरो समझदी हां नाले राह छड्ड मैं घरे जाना है ओ मैं ते केड़ा तेनू घेरन लग रहा मेरी गल ता सुन ले इक मैं तेरे भले दी गल करदा यार भला नु दस की हो गया इक ता तू दी बुराई करी जाना है ओ तो कहंदा मैं भला करदा है ओ बुराई कादी करदा प्यार पूर नु नहीं समझदे गया ओ मामूली चीज है ओदे वास्ते प्यार प्यार ओ चंगा इंसान है तेनू ही गलत फहमी होई है कमाल दी गल है यार मेरे नाल नहीं रहंदा है गया ओ चल चंगा यार मैं चलती हां कबूतरी हाथ चाहती यार कोई होर जाल पछाना पऊगा चल कोई ना देखी कह जा इंसान है अपने दोस्त की बुराई करी जाता है दस नाले कट्ठे रहिंदे ने उत्तों बुराई करी जाता है नाले कहिंदा मैं प्यार करदा बाकी मैं सुखी ना करदी हां गल लक्षण ठीक नहीं लगते मैनू इहदे तेरे बारी सोचन लग रहा अगली गुस्सा कर जांदे तेनू पता मिलना गिलना पैंदा गा मिठे पोचे मरी जाना कुछ करेगा भी मसा तो हां कराइए इन छेती दस की करिए हौली हौली जाल सिटते सिटा गे कि हां मसा कराइया बाकी पतेंद्र आउदी लै जाता होटल उटल जनू भी लै जा किसी च होटल जा कोई ना ले आवे ठहर हजे हफ्ता इन्नी काली कदों कर दे कहते नहीं काली अगे टोए होंगे ने काली अगे टोए तो होंगे ने कि उ कबूतरी इतों निकल जाए नहीं निकलती किनिया कुड़ियों का तजर्बा अपना है हर कोई इको नाल दी थोड़ी होंगी है पतेंद्रा है तो तेज आ ता ही तो मैं काली नहीं की कोई ना हफ्ते तक सड़ते जाले ते बुलाना कहना कि चल यार भी याद कर लिया करो सारा दिन उठी बैठे रहे कोई ना तेन तो याद कर दे तो यार मेरा पक्का मित्र हाँ लग चलो चल जी बाकी तू ना कुछ कहा कर तेरी भरजाई लगती है मैं कहूँ कुछ कह क्यों कुछ कह नहीं डा सारी बस सूरी की गेड़ी छेड़ी ला के आने आगे अच्छा पर ना लिखना तो है नहीं कर देने से बस इधर भेज दिया था लेक्चर ला लिया करो कोई ना कानू फिक्र कर दी अजे भी बीर ही कही जाती है कोई ना जाल डिगनी पऊगा ते फिर आओ हिसाब च चना किन्ना कमीना कल नु ते बुराई कर जी जंदा सी अज इकट्ठे है बस कह जो इंसान है की कहां मैं अज इंसान ना की सोची है नहीं राणो कुछ नहीं चल जशन तू ऐ कर जा असि कोई जरूरी गल कर दें चंगा ठीक है कोई ना आ जी टाइम नाल बस आउणागा केडी जरूरी गल करनी है कोई ऐ करी कल नु पार लेरे चलांगे चंगा कादे वास्ते नाल तक खा पी आवांगे अच्छा चल कोई नहीं नाले होर एक दो काम ने आहा ठीक है कोई ना टाइम ना तेरे पिंड वाले अड्डे ते आ जी चंगा चंगा मैं कर दंगी फोन बस मैं करी सवेरे कॉलेज के बहाने आ जी चंगा चल जा तू बाय चंगा दो तीन घंटे गल कर लागे कमरे चाहिए कोई ना इतनी सेफ जगह भी होर कि देख लेंगे
कोई होर जाल सट के देख दे।
ਹੋਰਾਂ ਨੂੰ ਕੀ ਹਾਲ ਆ? ਕੀ ਗੱਲ, ਕਿੰਨੇ ਦਿਨ ਹੋ ਗਏ ਫੋਨ ਨਹੀਂ ਕੀਤਾ? ਹੈ ਪਤਾ ਨਹੀਂ ਕਾਹਦਾ ਗੁੱਸਾ ਮੇਰੇ ਨਾਲ? ਪਤਾ ਨਹੀਂ ਮੈਂ ਕਾਹਦੇ ਗੁੱਸਾ, ਜਿਵੇਂ ਕਿ ਪਤਾ ਹੀ ਨਹੀਂ ਹੋਵੇ ਮੈਂ ਕਾਹਦੇ ਗੁੱਸਾ। ਉਹਦੇ ਗਲਤੀ ਹੋ ਗਈ, ਮੈਂ ਤੋਂ ਮਾਫ ਕਰ ਦੇ ਹੁਣ ਤਾਂ ਸੌਰੀ ਫੀਲ ਕਰਦਾ ਏ ਤੂੰ, ਮੈਂ ਸੌਰੀ। ਮੈਂ ਐਡੀ ਕਿਹੜੀ ਗੱਲ ਹੋਈ ਆ ਗਈ, ਮੈਂ ਕਹਿਣਾ ਨਾ ਮੈਥੋਂ ਗਲਤੀ ਹੋ ਗਈ। ਹਜੇ ਗੱਲ ਹੀ ਨਹੀਂ ਪਤਾ ਹੈਗਾ ਗੱਲ ਕੀ ਹੋ ਗਈ, ਲੱਗਾ ਸੱਡੀ ਗੱਲ ਹੋ ਗਈ, ਹਜੇ ਮੈਨੂੰ ਗੱਲ ਹੀ ਨਹੀਂ ਪਤਾ ਹੈਗਾ ਬਸ। ਪਤਾ ਮੈਨੂੰ ਗੱਲ ਤਾਂ, ਬਾਕੀ ਗੱਲ ਕਿੱਡੀ ਕਰ, ਵਿਆਹ ਤੋਂ ਬਾਅਦ ਹੀ ਆਪਾਂ ਇਹ ਸਾਰਾ ਕੁਛ ਕਰਨਾ ਹੀ ਹੈਗਾ। ਮੈਨੂੰ ਨਹੀਂ ਪਤਾ ਕੁਛ। ਚੱਲ ਅੱਗੇ ਤੋਂ ਨਹੀਂ ਹੋਊਗਾ, ਠੀਕ ਆ, ਮੈਂ ਤੇਰੇ ਨਾਲ ਵਾਅਦਾ ਕਰਦਾ, ਹੁਣ ਮਾਫ ਕਰ ਦੇ, ਮੈਂ ਕਾਹ ਤੂੰ ਕਰਦੀ ਆ। ਚੱਲ ਚੰਗਾ, ਅੱਗੇ ਤੋਂ ਨਾ ਇਹ ਗਲਤੀ ਹੋਵੇ, ਪਲੀਜ਼ ਰਿਕੁਐਸਟ ਹੈ। ਬਿਲਕੁਲ ਨਹੀਂ ਹੁੰਦੀ, ਮੇਰਾ ਤੇਰੇ ਨਾਲ ਰਹਿਣ ਵਾਅਦਾ ਹੈ, ਠੀਕ ਆ, ਅੱਗੇ ਤੋਂ ਕੁਛ ਨਹੀਂ। ਮੈਂ ਦੁਬਾਰਾ ਯਕੀਨ ਕੀਤਾ, ਠੀਕ ਆ, ਯਕੀਨ ਤੋੜੀ ਨਾ। ਕੋਈ ਗੱਲ ਨਹੀਂ, ਆਏ ਚੱਲੀ, ਹੁਣ ਮੈਂ ਤੈਨੂੰ ਛੱਡ ਦਿੰਦਾ ਪਿੰਡ, ਮੈਂ ਆਪੇ ਚੱਲ ਜਾਂਦਾ। ਨਾ ਨਾ ਨਾ, ਆ ਜਾ, ਜੀ ਜਾਨੀ ਹੈਗਾ। ਆਏ ਜੀ ਨੂੰ ਕੀ ਆ ਜਾ, ਤੂੰ ਐਂ ਕਾਹ ਤੂੰ ਕਰਦੀ ਆ, ਫਿਰ ਮੈਂ ਮੰਨਦਾ ਨਹੀਂ ਹੈਗਾ ਤੂੰ ਮੈਨੂੰ ਮਾਫ ਨਹੀਂ ਕੀਤਾ, ਹੈ ਨਾ, ਮੇਰੇ ਨਾਲ ਨਹੀਂ ਜਾਂਦੀ। ਚੱਲ ਚੰਗਾ, ਚੱਲ ਆ ਜਾ। ਮੇਰੀ ਗੱਲ ਸੁਣਿਓ। ਦੱਸ। ਮੈਂ ਨਾ ਬੜੇ ਔਖੇ ਟਰਸਟ ਕੀਤਾ ਤੁਹਾਡੇ ਤੇ, ਪਲੀਜ਼ ਮੇਰਾ ਟਰਸਟ ਨਾ ਤੋੜਿਓ। ਮੈਂ ਨਾ, ਤੂੰ ਫਿਕਰ ਕਾਹ ਤੋਂ ਕਰਦੀ ਆ, ਕਮਰਾ ਬੁੱਕ ਕੀਤਾ ਹੈ। ਗੱਲਾਂ ਮਾਤਾ ਦਾ ਟਾਈਮ ਨਹੀਂ ਲੱਗਦਾ, ਖੁੱਲ ਕੇ ਗੱਲਾਂ ਮਾਤਾ ਦੇ ਇੱਥੇ ਹੁੰਦੀਆਂ। ਇਹ ਤਾਂ ਹੈ। ਹੋਰ ਦੱਸ ਫਿਰ, ਕਿਵੇਂ ਚੱਲਦੀ ਹੈ ਤੇਰੀ ਪੜ੍ਹਾਈ? ਵਧੀਆ ਚੱਲਦੀ ਹੈ ਪੜ੍ਹਾਈ ਤਾਂ, ਕੁਛ ਵੀ ਲਾ ਲਿਆ ਕਰੋ ਲੈਕਚਰ ਲੁਕਚਰ। ਮੈਂ ਲਾ ਲਈ ਰੱਖਦਾ, ਬਾਕੀ ਆਪਾਂ ਪੜ੍ਹ ਕੇ ਕਿਹੜਾ ਜੱਜ ਲੱਗਣਾ, ਆਪਾਂ ਤਾਂ ਖੇਤੀ ਕਰਨੀ ਹੈ ਜੱਟਾਂ ਨੂੰ। ਐਡਮਿਸ਼ਨ ਕਦੋਂ ਕਰਾਈ ਹੈ ਜੇ ਅੱਜ ਹੀ ਸੋਚ ਰੱਖਦੇ? ਬਸ ਟਾਈਮ ਪਾਸ ਕਰ ਲੈਂਦੇ ਹਾਂ, ਬਾਕੀ ਸਰਕਾਰ ਦਾ ਮੰਦਾ ਹਾਲ ਆ, ਨੌਕਰੀਆਂ ਤਾਂ ਦਿੰਦੀ ਨਹੀਂ ਹੈਗੀ, ਪੜ੍ਹੇ ਲਿਖੇ ਬੇਰੁਜ਼ਗਾਰ ਫਿਰਦੇ ਨੇ, ਬਾਹਲਾ ਪੜ੍ਹ ਕੇ ਕੀ ਕਰਨਾ, ਇਹ ਦਿਮਾਗ ਜ਼ਿਆਦਾ ਖਪਾਈ ਕਰਾਂਗੇ। ਮੈਨੂੰ ਨੀਜੀ ਉਹਦੀ ਖਰਾਬ ਲੱਗਦੀ ਆ। ਨਹੀਂ ਠੀਕ ਹੈ, ਮੈਨੂੰ ਪਤਾ ਉਹਦੇ ਸ਼ੱਕ ਪਿਆ, ਮੈਨੂੰ ਇੱਕ ਦੋ ਬੰਦਿਆਂ ਨੇ ਦੱਸਿਆ। ਤੇਰੀ ਗੱਲ ਫਰੈਂਡ ਤੇ ਉਹ ਮਾੜੀ ਨਜ਼ਰ ਰੱਖਦਾ, ਇੱਕ ਦੋ ਪੱਕੇ ਬੰਦਿਆਂ ਤੋਂ ਸੁਣਿਆ ਮੈਂ। ਕੁਛ ਨੀ, ਜਿਹੜਾ ਕੰਮ ਵਿਆਹ ਤੋਂ ਬਾਅਦ ਕਰਨਾ ਉਹ ਕਰਨ ਦੀ ਕੋਸ਼ਿਸ਼ ਕਰਦਾ। ਦਿਮਾਗ ਖਰਾਬ ਹੈ। ਹੋਰ ਮੈਂ ਯਾਰ ਪਾਗਲ ਆ, ਤੇਰੇ ਵਾਸਤੇ ਰੂਮ ਬੁੱਕ ਕਰੀ ਜਾਂਦਾ ਰੋਜ਼, ਹੈ ਮੈਂ ਗਿਆ ਸੀ, ਤੂੰ ਤਾਂ ਪਾਗਲ ਸਮਝਿਆ ਮੈਨੂੰ, ਪਾਗਲ ਸਮਝੇ ਯਾਰ ਤੂੰ, ਸਾਰੇ ਕਰਦੇ ਨੇ ਕੀ, ਸਾਰੇ ਕਰਦੇ ਨੇ, ਪਰ ਸਾਡੇ ਘਰੇ ਇਹ ਲੋਕ ਨਹੀਂ ਹੈਗਾ, ਤੇਰੇ ਮੈਂ 50 ਵਾਰੀ ਕਹਿ ਚੁੱਕੀ ਆ, ਵਿਆਹ ਕਰਾਇਆ ਤਾਂ ਕਰਾ ਲਈ, ਸਮਝ ਲੱਗੀ ਤੈਨੂੰ? ਤੁਹਾਡੇ ਘਰੇ ਨਾ ਲੋੜ ਹੋਵੇ, ਮੈਂ ਕੀ ਕਰ ਸਕਦੀ ਆ, ਮੈਂ ਨਹੀਂ ਜਾ ਸਕਦੀ ਇਹ ਕਦਮ ਚੱਕ ਸਕਦੀ। ਤੂੰ ਆ ਜਾ, ਐਂ ਕਦੋਂ ਕਰਦੀ ਆ ਯਾਰ, ਤੂੰ ਤਾਂ ਮੇਰੇ ਜਿਸਮ ਨੂੰ ਪਿਆਰ ਕਰਦਾ, ਮੈਨੂੰ ਲੱਗ ਗਈ ਸਮਝ, ਤੇਰਾ ਦੋਸਤ ਸਹੀ ਕਹਿੰਦਾ ਸੀ, ਨੀਤ ਤਾਂ ਤੇਰੀ ਮਾੜੀ ਆ, ਉਹਦੇ ਦੱਸੀ ਜਾਂਦਾ ਆ, ਮੈਨੂੰ ਤਾਂ ਤੇਰੇ ਲੱਛਣ ਨਹੀਂ ਠੀਕ ਲੱਗਦੇ, ਇਹ ਪਿਆਰ ਹੁੰਦੇ ਆ ਨਾ ਜੇ, ਇੰਨੀ ਮਾੜੇ ਲੱਸਣ ਲੱਗ ਗਏ ਉਹਦੇ ਮਗਰ ਲੱਗ ਕੇ, ਫਿਰ ਉਹਦੀ ਕਹਿੰਦੇ ਮੈਨੂੰ ਛੱਡਤਾ, ਛੱਡਤਾ ਮੈਨੂੰ ਤਾਂ ਐਂ ਸੀ ਵੀ ਉਹ ਝੂਠ ਬੋਲਦਾ ਆ, ਪਰ ਜਦੋਂ ਜੇ ਤੇਰੀ ਹਰਕਤ ਆ ਰਹੀ ਨਾ, ਮੈਨੂੰ ਤਾਂ ਲੱਗ ਗਿਆ ਵੀ ਤੂੰ ਤਾਂ ਜਿਸਮ ਨੂੰ ਪਿਆਰ ਕਰਦਾ, ਵੀ ਇਹ ਮੁੰਡੇ ਪਿਆਰ ਦੇ ਕਰ ਲੋੜ ਨਹੀਂ ਲੱਗੀ ਸਮਝ, ਜਾਣਦੀ ਆ ਮੈਂ ਤੁਹਾਡੇ ਵਰਗਿਆਂ ਨੂੰ, ਮੇਰੇ ਹੀ ਦਿਮਾਗ ਖਰਾਬ ਸੀ ਜੇ ਉਹ ਤੇਰੀ ਗੱਲਾਂ 'ਚ ਆ ਗਈ, ਮੈਂ ਅੱਜ ਤੋਂ ਬਾਅਦ ਜੇ ਨੇੜੇ ਤੇਰੇ ਲੱਗਿਆ ਨਾ, ਮੈਂ ਆਪਦੇ ਘਰਦਿਆਂ ਨੂੰ ਗੱਲ ਕਹਿ ਦੇਣਾ ਵੀ ਇਹੋ ਜਿਹੇ ਮੁੰਡੇ ਨੇ ਮੈਨੂੰ ਦੁਖੀ ਕਰ ਰੱਖਿਆ, ਲੱਗੀ ਸਮਝ, ਫੋਨ ਲਾਇਆ ਨਾ ਆਪਦਾ ਹਿਸਾਬ ਲਾ ਲਈ, ਬਲੌਕ ਕਹਿ ਦਿਓ ਮੇਰੇ ਵੱਲੋਂ।
ਬੇਸ਼ਰਮੀ ਦੀ ਹੱਦ ਹੀ ਤਾਰਦੀ ਇਹ ਪਿਆਰ ਹੁੰਦਾ ਰੱਖ ਆਪਣੇ ਪਿਆਰ ਨੂੰ ਸਾਂਭ ਕੇ ਓਏ ਆਜੇ ਪਹਿਲੀ ਸਵਾਰੀ ਮਤ ਗਲਤੀ ਹੋ ਗਈ ਤੂੰ ਵੀ ਯਾਰ ਸੁੱਖੀ ਜਾਦੇ ਚੱਕਰ ਕਰ ਗਿਆ ਹਨਾ ਕੁੜੀ ਤਾਂ ਚੰਗੀ ਜੀ ਸੀ ਉਹੀ ਜੀ ਨਹੀਂ ਹੈਗੀ ਜਿਹੀ ਆ ਪਹਿਲਾਂ ਸੀ ਚਲੋ ਕੁੜੀ ਤਾਂ ਵਧੀਆ ਮਿਲੀ ਸੀ ਚਲੋ ਹੁਣ ਕੀ ਕਰ ਸਕਦੇ ਹਾਂ ਇਹ ਵੀ ਛੱਡ ਕੇ ਚਲੇ ਗਏ ਵਿਆਹ ਤਾਂ ਕਰਾਵੇ ਇਹ ਜੀ ਸਹੀ ਕੁੜੀ ਨਹੀਂ ਕਰਾਵੇ ਪਹਿਲਾਂ ਕਿੰਨੀ ਕੁੜੀਆਂ ਨਾਲ ਪਿਆਰ ਕੀਤਾ ਸਾਰੀਆਂ ਨੇ ਵਿਆਹ ਤੋਂ ਪਹਿਲਾਂ ਹੀ ਇਹੋ ਕੁਛ ਕਰ ਲਿਆ ਪਰ ਇਹਨੇ ਨਹੀਂ ਕੀਤਾ ਕੁੜੀ ਬਹੁਤ ਚੰਗੇ ਘਰ ਦੀ ਸੀ ਚਲੋ ਦੇਖਦੇ ਹਾਂ ਮਨਾ ਕੇ ਜੇ ਮੰਨੂ ਵੀ ਪਰ ਗਲਤੀ ਦੋ ਵਾਰੀ ਹੋ ਗਈ ਹੁਣ ਸ਼ਾਇਦ ਇਹਨੇ ਵੀ ਮਾਫ਼ ਨਹੀਂ ਕਰਨਾ ਸੁੱਕੀ ਰੱਬ ਵਰਗੀ ਕੁੜੀ ਮਿਲੀ ਸੀ ਤੈਨੂੰ ਬਹੁਤ ਵੱਡੀ ਗਲਤੀ ਕਰ ਲਈ ਤੂੰ ਵੀ ਇਹਦੇ ਨਾਲ ਧੋਖਾ ਕੀਤਾ ਹੈ ਨਾ ਚਲੋ ਦੋਸਤੋ ਕੁੜੀਆਂ ਤਾਂ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਮਿਲ ਜਾਂਦੀਆਂ ਹਨ ਪਰ ਇੱਜ਼ਤ ਅਤੇ ਅਕਲ ਵਾਲੀਆਂ ਕੁੜੀਆਂ ਬਹੁਤ ਘੱਟ ਮਿਲਦੀਆਂ ਹਨ ਇਹ ਕਿਸਮਤ ਨਾਲ ਹੀ ਮਿਲਦੀਆਂ ਹਨ ਜਿਵੇਂ ਕਿ ਇਸ ਵੀਡੀਓ ਵਿੱਚ ਸੁੱਖੀ ਨੂੰ ਮਿਲੀ ਸੀ ਪਰ ਉਸਨੇ ਉਸਦੇ ਜਜ਼ਬਾਤਾਂ ਦੀ ਕਦਰ ਨਾ ਕੀਤੀ ਅਤੇ ਆਪਣੀ ਜਿਸਮ ਦੀ ਭੁੱਖ ਪੂਰੀ ਕਰਨ ਲਈ ਉਸਦਾ ਯੂਜ਼ ਕਰਨ ਲੱਗਿਆ ਅਤੇ ਆਖਰ ਵਿੱਚ ਉਹ ਉਸਨੂੰ ਛੱਡ ਕੇ ਚਲੀ ਜਾਂਦੀ ਹੈ ਅਤੇ ਉਸਦੇ ਪੱਲੇ ਕੇਵਲ ਪਛਤਾਵਾ ਰਹਿ ਜਾਂਦਾ ਹੈ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਨੂੰ ਇਹ ਵੀਡੀਓ ਕਿੱਦਾਂ ਦੀ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਦੋਸਤੋ ਜਿਵੇਂ ਤੁਹਾਨੂੰ ਪਤਾ ਹੀ ਆ ਆਪਾਂ ਹਰੇਕ ਵੀਡੀਓ ਦੇ ਲਾਸਟ ਵਿੱਚ ਉਹਨਾਂ ਵੀਰਾਂ ਅਤੇ ਭੈਣਾਂ ਦੇ ਨਾਮ ਬੋਲਦੇ ਹੁੰਦੇ ਹਾਂ ਜੋ ਸਾਡੇ ਪਿਛਲੇ ਵੀਡੀਓ 'ਤੇ ਕਮੈਂਟ ਕਰਦੇ ਨੇ ਅਤੇ ਉਸੀ ਲੜੀਵਾਰ ਸਿਲਸਿਲੇ 'ਚ ਅੱਜ ਵੀ ਆਪਾਂ ਕੰਮ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਕਮੈਂਟ ਆਇਆ ਹੋਇਆ ਜੀ ਸੁਖਦੀਪ ਸਿੱਧੂ ਜੀ ਅਮਨ ਬਰਾੜ ਜੀ ਡਿਲੀਵਰੀ ਬੋਆਏ ਫਿਰੋਜ਼ਪੁਰ ਵਾਲਾ ਨਿਰਭੈ ਸਿੰਘ ਕੁਲਦੀਪ ਸਿੰਘ ਸੁੱਚਾ ਸਿੰਘ ਗਗਨਦੀਪ ਸਿੰਘ ਪ੍ਰੀਤਮ ਸਿੰਘ ਜਸਵੀਰ ਸਿੰਘ ਗਿੱਲ ਵਕੀਲ ਸਿੰਘ ਸਧਾਣਾ ਕਾਲਾ ਸਿੰਘ ਪਿੰਡ ਦਰੀਆਪੁਰ ਜ਼ਿਲ੍ਹਾ ਮਾਨਸਾ ਹਰਦੇਵ ਸਿੰਘ ਪਿੰਡ ਢੀਂਡਸਾ ਜ਼ਿਲ੍ਹਾ ਸੰਗਰੂਰ ਸਿੰਮੂ ਢਿੱਲੋਂ ਅਮਨਦੀਪ ਸੰਦੀਪ ਔਂਲਾ ਪਿੰਡ ਜਲੂਰ ਜ਼ਿਲ੍ਹਾ ਸੰਗਰੂਰ ਸੁਖਪ੍ਰੀਤ ਕੌਰ ਹਰਿੰਦਰ ਸਿੰਘ ਯੂ ਐੱਸ ਏ ਕਿਰਨਜੀਤ ਸਿੰਘ ਪਿੰਡ ਸੂਫੀਆ ਜਸਕੀਰਤ ਸਿੰਘ ਬਿੱਟੂ ਸਿੰਘ ਫੌਜੀ ਪਿੰਡ ਫਲੇੜਾ ਜ਼ਿਲ੍ਹਾ ਸੰਗਰੂਰ ਜੱਗੀ ਸਿੰਘ ਪਿੰਡ ਢੀਂਡਸਾ ਜ਼ਿਲ੍ਹਾ ਸੰਗਰੂਰ ਕੁਲਦੀਪ ਸਿੰਘ ਪਿੰਡ ਝਾੜੋਂ ਤਹਿਸੀਲ ਸੁਨਾਮ ਜ਼ਿਲ੍ਹਾ ਸੰਗਰੂਰ ਕਰਮਜੀਤ ਸਿੰਘ ਪਿੰਡ ਫਲੇੜਾ ਜ਼ਿਲ੍ਹਾ ਸੰਗਰੂਰ ਦਿਲਪ੍ਰੀਤ ਸਿੰਘ ਟਰਾਲਾ ਡਰਾਈਵਰ ਦੁਬਈ ਤੋਂ ਇਸ ਤੋਂ ਇਲਾਵਾ ਕਮਲਪ੍ਰੀਤ ਕੌਰ ਅਤੇ ਰੱਖਪ੍ਰੀਤ ਕੌਰ ਸਰੀ ਕਨੇਡਾ ਤੋਂ ਦੋਸਤੋ ਸਾਡੇ ਸਾਰੇ ਵੀਡੀਓ ਨੂੰ ਇੰਨਾ ਜ਼ਿਆਦਾ ਪਿਆਰ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਬਾਕੀ ਦੋਸਤੋ ਜਿਹੜੇ ਦੋਸਤ ਚੈਨਲ 'ਤੇ ਨਵੇਂ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਅਤੇ ਬੈੱਲ ਆਈਕੋਨ ਨੂੰ ਜ਼ਰੂਰ ਦਬਾ ਲੈਣ ਤਾਂ ਜੋ ਸਾਡੇ ਲੇਟੈਸਟ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕਣ ਹਾਂਜੀ ਰਾਣੂ ਜੀ ਕਹਿਣਾ ਚਾਹੁੰਦੇ ਕੁਛ ਹੋਰ ਜੀ ਥੈਂਕ ਯੂ ਸਰ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ਦੋਸਤੋ ਮਿਲਾਂਗੇ ਅਗਲੇ ਵੀਡੀਓ 'ਚ ਸਤਿ ਸ਼੍ਰੀ ਅਕਾਲ ਜੀ